ਮੈਨੂੰ ਆਪਣੇ ਜ਼ੁਲਮ ਦੀ ਸੁਣੀ ਚੜਿਆ ਤੇ ਮੈਂ ਨੂਰ ਮੁਹੰਮਦ ਤੋਂ ਨੂਰੀ ਬਣ ਗਿਆ। ਅਸਲਾਮ ਅਲੈਕਮ ਨਾਜ਼ਰੀਨ, ਮੈਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰਾ YouTube ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਅੱਜ ਸੁਲਤਾਨੇ ਦੀ ਬੜੀ ਹੀ ਜ਼ਬਰਦਸਤ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਹੇ ਹਾਂ ਔਰ ਵਾਕਈ ਵਾਕਈ ਇਹ ਫਿਲਮ ਬੜੀ ਜ਼ਬਰਦਸਤ ਹੈ। ਮੈਂ ਖੁਦ ਦੇਖੀ ਹੈ, ਮੈਨੂੰ ਇਹ ਫਿਲਮ ਵੇਖ ਕੇ ਮੈਨੂੰ ਬੜਾ ਮਜ਼ਾ ਆਇਆ ਔਰ ਜਦੋਂ ਤੁਸੀਂ ਇਹ ਫਿਲਮ ਵੇਖੋਗੇ ਤੁਹਾਨੂੰ ਵੀ ਮਜ਼ਾ ਆਏਗਾ। ਇਸ ਫਿਲਮ ਨੇ ਲਾਹੌਰ ਤੋਂ ਡਾਇਮੰਡ ਜੁਬਲੀ ਕੀਤੀ ਹੈ ਔਰ ਕਰਾਚੀ ਤੋਂ ਇਸਨੇ ਪਲਾਟੀਨਮ ਜੁਬਲੀ ਦਾ ਇਜਾਜ਼ ਹਾਸਲ ਕੀਤਾ। ਲਾਹੌਰ ਇਹਦਾ ਜਿਹੜਾ ਮੇਨ ਸਿਨੇਮਾ ਸੀ ਉਹ ਕੋਹਿਨੂਰ ਸੀ। 21 ਦਸੰਬਰ 1990 ਬਰੋਜ਼ ਜੁਮਾ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ ਸ਼ੇਰ ਦਿਲ। ਇਸ ਫਿਲਮ ਦਾ ਜਿਹੜਾ ਟਾਈਟਲ ਰੋਲ ਹੈ ਅਦਾਕਾਰ ਮੁਸਤਫਾ ਕੁਰੇਸ਼ੀ ਨੇ ਅਦਾ ਕੀਤਾ ਹੈ। ਬੜੀ ਹੀ ਜ਼ਬਰਦਸਤ ਫਿਲਮ ਹੈ ਔਰ ਬੜੀ ਹੀ ਅੱਛੀ ਫਿਲਮ ਹੈ। ਇਸ ਫਿਲਮ ਦੇ ਅਦਾਕਾਰ ਸੁਲਤਾਨ ਰਾਈ, ਗੋਰੀ, ਮੁਸਤਫਾ ਕੁਰੇਸ਼ੀ, ਅਦੀਬ, ਜ਼ਾਹਿਰ ਸ਼ਾਹ, ਮਨੀਜ਼ਾ ਸ਼ੇਖ, ਬਹਾਰ। ਇਸ ਫਿਲਮ ਦੇ ਅਦਾਕਾਰ ਹਸਨ ਅਸਕਰੀ, ਮੁਸਨਿਫ ਰਸ਼ੀਦ ਸਾਜਦ ਅਤੇ ਇਹਦਾ ਮਿਊਜ਼ਿਕ ਦਿੱਤਾ ਹੈ ਵਜਾਹਤ ਅਤਰੇ ਨੇ। ਇਹ ਫਿਲਮ ਜਿਹੜੀ ਬਣਾਈ ਗਈ ਹੈ ਇੱਕ ਸੱਚਾ ਵਾਕਿਆ ਸੀ ਜਿਸ ਉੱਤੇ ਇਹ ਫਿਲਮ ਬਣਾਈ ਗਈ ਹੈ। ਨੂਰ ਮੁਹੰਮਦ ਇੱਕ ਸ਼ਰੀਫ ਨੌਜਵਾਨ ਸੀ ਔਰ ਉਹ ਡਾਕੂ ਕਿਸ ਤਰ੍ਹਾਂ ਬਣਿਆ, ਉਹ ਬਦਮਾਸ਼ ਕਿਸ ਤਰ੍ਹਾਂ ਬਣਿਆ, ਉਹ ਡਕੈਤ ਕਿਸ ਤਰ੍ਹਾਂ ਬਣਿਆ। ਤੁਹਾਨੂੰ ਪਤਾ ਜਿਹੜੇ ਜਾਗੀਰਦਾਰ ਹੁੰਦੇ ਨੇ ਉਹ ਜਿਹੜੇ ਉਹਨਾਂ ਦੇ ਮਜ਼ਾਰੇ ਹੁੰਦੇ ਜਾਂ ਉਹਨਾਂ ਦੇ ਪਿੰਡ ਦੇ ਰਹਿਣ ਵਾਲੇ ਹੁੰਦੇ ਨੇ ਉਹਨਾਂ 'ਤੇ ਬਹੁਤ ਉਹ ਜ਼ੁਲਮ ਕਰਦੇ ਨੇ। ਇਸੇ ਤਰ੍ਹਾਂ ਦਾ ਇੱਕ ਜ਼ੁਲਮ ਚੌਧਰੀ ਕਰਮਦਾਦ ਨੇ ਆਪਣੇ ਮਜ਼ਾਰੇ 'ਤੇ ਕੀਤਾ ਅਤੇ ਉਹਦਾ ਪੁੱਤਰ ਸੀ ਨੂਰ ਮੁਹੰਮਦ। ਚੌਧਰੀ ਕਰਮਦਾਦ ਦਾ ਕਰੈਕਟਰ ਅਦਾਕਾਰ ਅਲਤਾਫ ਖਾਨ ਨੇ ਕੀਤਾ। ਉਹ ਠੁੱਡੇ ਮਾਰ ਮਾਰ ਕੇ ਉਹਨੇ ਨੂਰ ਮੁਹੰਮਦ ਦੇ ਪਿਓ ਨੂੰ ਜ਼ਖਮੀ ਕੀਤਾ ਔਰ ਉਹਦਾ ਪਿਓ ਖੂਨ ਥੁੱਕਦਾ ਹੋਇਆ ਦੁਨੀਆ ਤੋਂ ਚਲਾ ਗਿਆ ਔਰ ਇਸ ਵਾਕਿਆ ਤੋਂ ਬਾਅਦ ਨੂਰ ਮੁਹੰਮਦ ਨੂਰੀ ਬਣ ਗਿਆ ਔਰ ਇੰਤਕਾਮ ਵਾਸਤੇ ਸਭ ਤੋਂ ਪਹਿਲਾਂ ਉਸਨੇ ਗੁਲੇਲ ਨਾਲ ਚੌਧਰੀ ਕਰਮਦਾਦ ਦੀ ਅੱਖ ਕੱਢ ਦਿੱਤੀ ਔਰ ਚੌਧਰੀ ਕਰਮਦਾਦ ਇੱਕ ਅੱਖ ਤੋਂ ਕਾਣਾ ਹੋ ਗਿਆ। ਉਸ ਤੋਂ ਬਾਅਦ ਜਦੋਂ ਉਹ ਵੱਡਾ ਡਕੈਤ ਬਣਿਆ ਉਸਨੇ ਮੁਖਤਲਿਫ ਬੈਂਕ ਲੁੱਟੇ, ਮੁਖਤਲਿਫ ਡਕੈਤੀਆਂ ਕੀਤੀਆਂ ਔਰ ਮੁਖਤਲਿਫ ਲੋਕਾਂ ਨੂੰ ਕਤਲ ਕੀਤਾ। ਆਪਣੇ ਇਲਾਕੇ ਦੇ ਵਿੱਚ ਨੂਰੀ ਦਹਿਸ਼ਤ ਦੀ ਅਲਾਮਤ ਸੀ ਔਰ ਉਹਦਾ ਨਾਮ ਸੁਣ ਕੇ ਲੋਕ ਥਰ ਥਰ ਕੰਬਦੇ ਸਨ ਔਰ ਉਸਨੇ ਦੋ ਚਾਰ ਆਪਣੇ ਇੱਕ ਦੋਸਤ ਮਿਲਾ ਕੇ, ਮੁਜ਼ਫਰੀ ਇਸ ਤਰ੍ਹਾਂ ਦੇ ਦੋ ਚਾਰ ਦੋਸਤ ਮਿਲਾ ਕੇ ਆਪਣਾ ਇੱਕ ਗਰੋਹ ਬੁਲਾ ਲਿੱਤਾ ਜਿਹੜਾ ਮੁਖਤਲਿਫ ਵਾਰਦਾਤਾਂ ਕਰਦਾ ਸੀ। ਮੇਰੇ ਪਿਓ ਦੇ ਕਾਤਲਾ, ਦਿਲ ਤੈ ਕਰਦਾ ਕਿ ਤੈਨੂੰ ਆਪਣੇ ਕੁਲ ਚ ਪੀੜ ਕੇ ਤੇਰਾ ਲਹੂ ਕੱਢਾਂ। ਹਮਾਯੂ ਕੁਰੇਸ਼ੀ ਨੇ ਇਸ ਫਿਲਮ ਦੇ ਅੰਦਰ ਜਿਮੀ ਦਾ ਕਿਰਦਾਰ ਅਦਾ ਕੀਤਾ ਜਿਹੜਾ ਕਿ ਇੱਕ ਬਦਮਾਸ਼ ਹੁੰਦਾ ਔਰ ਸ਼ਹਿਰ ਚੋਂ ਜ਼ਫਰੀ ਹੋਰਾਂ ਕੋਲ ਜਾਂਦਾ, ਉਹਨਾਂ ਦਾ ਯਾਰ ਦੋਸਤ ਹੁੰਦਾ ਔਰ ਉਹਨਾਂ ਦੇ ਨਾਲ ਸੰਗਤ ਹੁੰਦੀ ਔਰ ਉਹਨਾਂ ਦੇ ਕੋਲ ਜਾਂਦਾ ਔਰ ਉਹਨਾਂ ਕੋਲ ਪੁੱਛਦਾ ਕਿ ਐਸਾ ਕੋਈ ਬੰਦਾ ਇਸ ਪਿੰਡ 'ਚ ਹੋਏਗਾ ਜਿਹਦੇ ਨਾਲ ਮਿਲ ਕੇ ਉਹ ਬੈਂਕ ਲੁੱਟ ਸਕੇ। ਨੂਰ ਮੁਹੰਮਦ ਦੇ ਨਾਲ ਉਸ ਗਰੋਹ ਸ਼ਾਮਿਲ ਹੋ ਜਾਂਦਾ, ਵਾਰਦਾਤਾਂ ਕਰਦਾ ਔਰ ਬੈਂਕ ਵੀ ਲੁੱਟਦਾ। ਗੋਰੀ ਨੇ ਇਸ ਫਿਲਮ ਦੇ ਅੰਦਰ ਇੱਕ ਬਲੋਚਨ ਦਾ ਕਿਰਦਾਰ ਅਦਾ ਕੀਤਾ। ਗੋਰੀ ਦਾ ਨਾਂ ਇਸ ਫਿਲਮ ਵਿੱਚ ਸਾਬੂ ਹੈ ਅਤੇ ਉਹਦਾ ਤਲਕ ਇੱਕ ਬਲੋਚ ਕਬੀਲੇ ਨਾਲ ਆਉਂਦਾ ਅਤੇ ਬਲੋਚ ਕਬੀਲੇ ਦੇ ਸਰਦਾਰ ਦੀ ਬੇਟੀ ਆਉਂਦੀ ਹੈ ਅਤੇ ਸਰਦਾਰ ਦਾ ਕਰੈਕਟਰ ਅਦਾਕਾਰ ਅਦੀਬ ਨੇ ਅਦਾ ਕੀਤਾ। ਨੂਰੀ ਪੁਲਿਸ ਤੋਂ ਬਚਦਿਆਂ ਹੋਇਆਂ ਉਹਨਾਂ ਦੇ ਕਬੀਲੇ 'ਚ ਵੜ ਜਾਂਦਾ ਔਰ ਉਹਨਾਂ ਦੀ ਪਨਾਹ ਲੈਂਦਾ ਅਤੇ ਨੂਰੀ ਦੀ ਨਜ਼ਰ ਸਾਬੂ 'ਤੇ ਪੈ ਜਾਂਦੀ ਹੈ। ਗੋਰੀ ਮਾਸ਼ਾਲੇ ਫਿਲਮ ਵਿੱਚ ਬਹੁਤ ਖੂਬਸੂਰਤ ਨਜ਼ਰ ਆਉਂਦੀ ਹੈ। ਉਹ ਗੋਰੀ ਨੂੰ ਚੁੱਕ ਕੇ ਲੈ ਜਾਂਦਾ ਔਰ ਆਪਣੇ ਡੇਰੇ 'ਤੇ ਜਾ ਕੇ ਉਸਦੇ ਨਾਲ ਦਸਤ ਦਰਾਜ਼ੀ ਕਰਨ ਦੀ ਕੋਸ਼ਿਸ਼ ਕਰਦਾ, ਉਹਨੂੰ ਬੜਾ ਪਸੰਦ ਕਰਦਾ। ਨੂਰੀ ਜਦੋਂ ਉਹਦੀ ਇੱਜ਼ਤ ਉੱਤੇ ਹਮਲਾ ਕਰਦਾ ਅਤੇ ਸਾਬੂ ਜਿਹੜੀ ਹੁੰਦੀ ਉਹ ਆਪਣੇ ਆਪ ਨੂੰ ਖੰਜਰ ਮਾਰ ਕੇ ਆਪਣੇ ਆਪ ਨੂੰ ਜ਼ਖਮੀ ਕਰ ਲੈਂਦੀ ਹੈ। ਜਦੋਂ ਨੂਰੀ ਦੇਖਦਾ ਕਿ ਸਾਬੂ ਤਾਂ ਮਰ ਗਈ ਹੈ, ਉਹਦੀ ਕਬਰ ਖੁੱਲ੍ਹਣਾ ਸ਼ੁਰੂ ਕਰ ਦਿੰਦਾ ਤਾਂ ਕਿ ਉਹਨੂੰ ਦਫਨਾ ਸਕੇ। ਉਹ ਜਦੋਂ ਮੁੜ ਕੇ ਦੇਖਦਾ ਤਾਂ ਨੂਰੀ ਸਾਹ ਲੈ ਰਹੀ ਹੁੰਦੀ ਹੈ। ਉਹ ਹਕੀਮ ਨੂੰ ਬੁਲਾ ਕੇ ਆਉਂਦਾ, ਹਕੀਮ ਦਵਾਈ ਦਿੰਦਾ, ਉਹਦੇ ਜ਼ਖਮਾਂ 'ਤੇ ਮਰਮ ਪੱਟੀ ਹੁੰਦੀ ਹੈ ਔਰ ਉਹ ਠੀਕ ਹੋ ਜਾਂਦੀ ਹੈ। ਔਰ ਉਹ ਸਾਬੂ ਨੂਰੀ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਹੁਣ ਕਬੀਲੇ ਜਾਏਗਾ ਔਰ ਉੱਥੇ ਜਾ ਕੇ ਮੇਰੀ ਪਾਕ ਦਾਮਨੀ ਦਾ ਸਬੂਤ ਦੇਗਾ
ਮੇਰੀ ਪਾਕ ਦਮਨੀ ਦੀ ਗਵਾਹੀ ਦੇਗਾ। ਨੂਰੀ ਜਿਹੜਾ ਨਾ ਉਹ ਨੂਰੀ ਉਹਦੇ ਨਾਲ ਜਾਂਦਾ ਹੈ ਔਰ ਉਹਦੇ ਕਬੀਲੇ ਜਾ ਕੇ ਦੱਸਦਾ ਹੈ ਕਿ ਕੱਲ ਜਿਸ ਤਰ੍ਹਾਂ ਪਾਕ ਸੀ ਉਸੇ ਤਰ੍ਹਾਂ ਅੱਜ ਇਹ ਪਾਕ ਹੈ। ਔਰ ਸਾਬੋ ਇਹ ਕਹਿੰਦੀ ਹੈ ਕਿ ਮੈਂ ਉਸਦਾ ਮੰਗੇਤਰ ਵੀ ਹੁੰਦਾ ਹੈ, ਮੰਗਦੇ ਦਾ ਕਰੈਕਟਰ ਜਿਹੜਾ ਉਹ ਸ਼ੇਰ ਖਾਨ ਨੇ ਅਦਾ ਕੀਤਾ ਜਿਹੜਾ ਫਾਈਟਰ ਹੈ। ਔਰ ਉਹ ਇਹ ਕਹਿੰਦੀ ਹੈ ਕਿ ਹੁਣ ਮੈਂ ਜਿਹੜਾ ਨਾ ਚਾਰ ਰਾਤਾਂ ਅਗਰ ਮੈਂ ਨੂਰੀ ਕੋਲ ਗੁਜ਼ਾਰ ਕੇ ਆਈ ਹਾਂ ਤਾਂ ਹੁਣ ਮੈਂ ਮੇਰਾ ਜੀਣਾ ਮਰਨਾ ਨੂਰੀ ਦੇ ਨਾਲ ਹੈ। ਔਰ ਉਹ ਨੂਰੀ ਦੇ ਨਾਂ ਲੱਗ ਜਾਂਦੀ ਹੈ, ਪਿਓ ਵੀ ਉਸਦਾ ਰਾਜ਼ੀ ਹੋ ਜਾਂਦਾ ਹੈ। ਇੱਧਰ ਜਦੋਂ ਨੂਰੀ ਦੀਆਂ ਵਾਰਦਾਤਾਂ ਵਧਦੀਆਂ ਨੇ, ਲਾਗੇ ਵਾਲੇ ਜਿਹੜੇ ਹੁੰਦੇ ਨੇ ਉਹ ਪੁਲਿਸ ਦੇ ਕੋਲ ਸ਼ਿਕਾਇਤਾਂ ਆਫਿਸਰਾਂ ਕੋਲ ਪਹੁੰਚਣਾ ਸ਼ੁਰੂ ਹੋ ਜਾਂਦੀਆਂ ਨੇ, ਆਈ ਜੀ ਕੋਲ ਪਹੁੰਚਣਾ ਸ਼ੁਰੂ ਹੋ ਜਾਂਦੀਆਂ ਨੇ। ਆਈ ਜੀ ਨੂੰ ਜਦੋਂ ਇਹ ਸਾਰੀ ਸ਼ਿਕਾਇਤਾਂ ਮਿਲਦੀਆਂ ਨੇ ਤੇ ਉਹ ਇੱਕ ਸ਼ਹਿਰ ਦੀ ਪੁਲਿਸ ਆਫਿਸਰ ਜਿਹਦਾ ਨਾਮ ਇਕਰਾਮ ਲਾ ਨਿਆਜ਼ੀ ਹੁੰਦਾ ਹੈ, ਡਿਪਟੀ ਇਕਰਾਮ ਲਾ ਨਿਆਜ਼ੀ ਦੀ ਉਹ ਡਿਊਟੀ ਲਗਾਉਂਦਾ ਹੈ ਕਿ ਉਸਨੇ ਨੂਰੀ ਨੂੰ ਗ੍ਰਿਫਤਾਰ ਕਰਨਾ, ਚਾਹੇ ਜ਼ਿੰਦਾ ਗ੍ਰਿਫਤਾਰ ਕਰੇ ਜਾਂ ਮੁਰਦਾ ਗ੍ਰਿਫਤਾਰ ਕਰੇ। ਜਿਹੜਾ ਡਿਪਟੀ ਕਰਾਮੁੱਲਾ ਖਾਨ ਨਿਆਜ਼ੀ ਹੁੰਦਾ ਹੈ ਉਸਨੇ ਚਿਰਾਗ ਬਾਲੀ ਨੂੰ ਵੀ ਕਤਲ ਕੀਤਾ ਹੁੰਦਾ ਹੈ। ਚਿਰਾਗ ਬਾਲੀ ਦਾ ਜਿਹੜਾ ਕਰੈਕਟਰ ਹੈ ਉਹ ਇਸ ਫਿਲਮ ਦੇ ਅੰਦਰ ਅਦਾਕਾਰ ਜ਼ਾਹਿਰ ਸ਼ਾਹ ਨੇ ਅਦਾ ਕੀਤਾ ਹੈ, ਉਹ ਚਿਰਾਗ ਬਾਲੀ ਨੂੰ ਵੀ ਉਹਨੇ ਕਤਲ ਕੀਤਾ ਹੁੰਦਾ ਹੈ ਅਤੇ ਉਹਦੀ ਡਿਊਟੀ ਲੱਗਦੀ ਹੈ ਕਿ ਉਹਨੇ ਨੂਰੀ ਨੂੰ ਗ੍ਰਿਫਤਾਰ ਕਰਨਾ ਹੈ। ਇੱਧਰ ਪਿੰਡ ਦਾ ਇੱਕ ਜਾਗੀਰਦਾਰ ਹੁੰਦਾ ਹੈ, ਉਹ ਨੂਰੀ ਨੂੰ ਆਉਂਦਾ ਹੈ, ਆ ਕੇ ਉਹ ਨੂਰੀ ਨੂੰ ਬਿਆਨਾ ਦਿੰਦਾ ਹੈ ਕਿ ਉਹਦੀ ਇੱਕ ਪਿੰਡ ਦੀ ਕੁੜੀ ਹੈ, ਉਸ ਦੇ ਨਾਲ ਸ਼ਾਦੀ ਕਰਨਾ ਚਾਹੁੰਦਾ ਹੈ ਅਤੇ ਉਹਦਾ ਜਿਹੜਾ ਭਰਾਵ ਹੈ ਉਹ ਉਹਦੇ ਰਸਤੇ 'ਚ ਰੁਕਾਵਟ ਹੈ। ਨੂਰੀ ਜਾਂਦਾ ਹੈ ਔਰ ਜਾ ਕੇ ਉਸ ਨੂੰ ਕਤਲ ਕਰ ਦਿੰਦਾ ਹੈ ਔਰ ਉਸਦੀ ਭੈਣ ਫਰਿਆਦਾ ਕਰਦੀ ਹੈ। ਭੈਣ ਦਾ ਜਿਹੜਾ ਕਰੈਕਟਰ ਹੈ ਨਾ ਅਦਾਕਾਰ ਮਨੀਜ਼ਾ ਸ਼ੇਖ ਨੇ ਅਦਾ ਕੀਤਾ ਹੈ ਔਰ ਮਨੀਜ਼ਾ ਸ਼ੇਖ ਨੇ ਬੜਾ ਹੀ ਅੱਛਾ ਔਰ ਬੜਾ ਹੀ ਜ਼ਬਰਦਸਤ ਇਸ ਫਿਲਮ ਦੇ ਅੰਦਰ ਕੰਮ ਕੀਤਾ ਹੈ। ਗੋ ਕਿ ਉਸਦਾ ਕੰਮ ਘੱਟ ਸੀ ਲੇਕਿਨ ਉਸੇ ਬਹੁਤ ਹੀ ਅੱਛਾ ਕੰਮ ਕੀਤਾ ਔਰ ਉਹ ਫਰਿਆਦਾ ਕਰਦੀ ਹੈ ਲੇਕਿਨ ਉਹਨੂੰ ਮਾਰ ਕੇ ਚਲਾ ਜਾਂਦਾ ਹੈ। ਖੈਰ ਉਹ ਆਪਣੇ ਘਰ ਆਉਂਦੀ ਹੈ ਔਰ ਆ ਕੇ ਕੁਹਾੜੀ ਤੇਜ਼ ਕਰਦੀ ਰਹਿੰਦੀ ਔਰ ਮਾਂ ਦੇ ਕੋਲ ਪੁੱਛਦੀ ਹੈ ਕਿ ਕੁਹਾੜੀ ਕਿਉਂ ਤੇਜ਼ ਕਰਦੀ ਹੈ। ਜਿਹੜਾ ਡਿਪਟੀ ਇਕਰਾਮੁੱਲਾ ਖਾਨ ਨਿਆਜ਼ੀ ਹੁੰਦਾ ਨੂਰੀ ਦੇ ਡੇਰੇ 'ਤੇ ਛਾਪਾ ਮਾਰਦਾ ਹੈ, ਨੂਰੀ ਬਜਦਿਆਂ ਪੁਲਿਸ ਨੂੰ ਇੱਕ ਕਾਰ ਦੇ ਅੰਦਰ ਦਾਖਲ ਹੁੰਦਾ ਅਤੇ ਪਤਾ ਚੱਲਦਾ ਕਿ ਉਹ ਇਹ ਉਸੇ ਕੁੜੀ ਦਾ ਕਾਰ ਹੈ ਜਿਸ ਦੇ ਭਰਾ ਨੂੰ ਉਸਨੇ ਕਤਲ ਕੀਤਾ ਹੁੰਦਾ ਹੈ। ਮਾਵਾਂ ਤੇ ਹਮੇਸ਼ਾ ਪੁੱਤਰਾਂ ਦੀ ਹਯਾਤੀ ਮੰਗਦੀਆਂ ਨੇ, ਕਿਸੇ ਪੁੱਤਰ ਦੀ ਮੌਤ ਨਹੀਂ ਮੰਗ ਸਕਦੀ। ਜਾ ਤੇਰੀ ਮਾਂ ਦੇ ਕਲੇਜੇ ਠੰਡ ਰਵੇ, ਜਾ ਚਲਾ ਜਾ। ਜਿਹੜੀ ਉਹ ਲੜਕੀ ਆਉਂਦੀ ਹੈ ਉਹ ਨੂਰੀ 'ਤੇ ਹਮਲਾ ਕਰਦੀ ਹੈ, ਉਹਨੂੰ ਜ਼ਖਮੀ ਕਰਦੀ ਹੈ ਲੇਕਿਨ ਉਸਦੀ ਮਾਂ ਆ ਜਾਂਦੀ ਹੈ। ਉਹ ਆ ਕੇ ਪਿਛਲੇ ਦਰਵਾਜ਼ੇ ਤੋਂ ਨੂਰੀ ਨੂੰ ਫਰਾਰ ਕਰਵਾਉਂਦੀ ਹੈ ਕਿ ਅਗਰ ਮੇਰਾ ਪੁੱਤਰ ਚਲਾ ਗਿਆ ਤਾਂ ਮੈਂ ਨਹੀਂ ਚਾਹੁੰਦੀ ਕਿ ਕਿਸੇ ਹੋਰ ਮਾਂ ਦਾ ਵੀ ਪੁੱਤਰ ਜਾਏ, ਉਹ ਕਿਸੇ ਹੋਰ ਮਾਂ ਦੀ ਵੀ ਗੋਦ ਉਜੜੇ। ਔਰ ਮਨੀਜ਼ਾ ਸ਼ੇਖ ਨੇ ਇਸ ਸੀਨ ਦੇ ਅੰਦਰ ਬੜੀ ਹੀ ਜ਼ਬਰਦਸਤ ਐਕਟਿੰਗ ਦਾ ਮੁਜ਼ਾਹਰਾ ਕੀਤਾ ਔਰ ਆਪਣੇ ਜੋਬਨ 'ਤੇ ਨਜ਼ਰ ਆਈ। ਖੈਰ ਨੂਰੀ ਤੋਂ ਫਰਾਰ ਹੋ ਜਾਂਦਾ ਹੈ ਔਰ ਇਸ ਵਾਕਏ ਦਾ ਨੂਰੀ 'ਤੇ ਬਹੁਤ ਜ਼ਿਆਦਾ ਅਸਰ ਹੁੰਦਾ ਹੈ ਔਰ ਉਹ ਸਮਝਦਾ, ਉਹ ਕਹਿੰਦਾ ਕਿ ਮੈਂ ਅੰਦਰੋਂ ਟੁੱਟ ਗਿਆ, ਉਹ ਬਦਲਣਾ ਸ਼ੁਰੂ ਹੋ ਜਾਂਦਾ ਹੈ। ਪਿੰਡ ਦਾ ਜਿਹੜਾ ਜਾਗੀਰਦਾਰ ਹੁੰਦਾ ਜਿਹਨੇ ਉਸ ਕੁੜੀ ਦੇ ਭਰਾ ਨੂੰ ਕਤਲ ਕਰਵਾਇਆ ਹੁੰਦਾ, ਉਹ ਰਾਤ ਦੇ ਨੇਰ ਜਾਂਦਾ ਔਰ ਆ ਕੇ ਉਹਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰਦਾ, ਉਹਦੀ ਮਾਂ ਨੂੰ ਗੋਲੀ ਮਾਰ ਦਿੰਦਾ, ਉਹਦੀ ਮਾਂ ਮਰ ਜਾਂਦੀ ਹੈ। ਨੂਰੀ ਉਹਦੀ ਮਦਦ ਨੂੰ ਆ ਜਾਂਦਾ ਔਰ ਆ ਕੇ ਜਾਗੀਰਦਾਰ ਨੂੰ ਕਤਲ ਕਰਦਾ ਔਰ ਜਾਗੀਰਦਾਰ ਨੂੰ ਕਤਲ ਕਰਨ ਤੋਂ ਬਾਅਦ ਉਹ ਉਸ ਕੁੜੀ ਨੂੰ ਆਪਣੇ ਘਰ ਲੈ ਜਾਂਦਾ ਔਰ ਆਪਣੀ ਮਾਂ ਦੇ ਹਵਾਲੇ ਕਰਦਾ। ਇਕਰਾਮੁੱਲਾ ਨਿਆਜ਼ੀ ਜਿਹੜਾ ਆਉਂਦੇ ਨੇ ਉਹ ਖੋਜ ਦੀ ਤਲਾਸ਼ 'ਚ ਆਉਂਦਾ, ਮੁਖਤਲਿਫ ਜਗ੍ਹਾ ਛਾਪੇ ਮਾਰਦਾ ਔਰ ਇੱਕ ਜਗ੍ਹਾ ਉਸਨੂੰ ਪਤਾ ਚੱਲਦਾ ਕਿ ਇਹਨਾਂ ਦਾ ਜਿਹੜਾ ਇੱਕ ਦੋਸਤ ਸੀ ਜਿਮੀ ਉਹ ਸ਼ਹਿਰ ਦੇ ਅੰਦਰ ਹੈ। ਉਹ ਜਾਂਦਾ ਹੈ, ਜਿਮੀ ਨੂੰ ਗ੍ਰਿਫਤਾਰ ਕਰਦਾ, ਟਾਰਚਰ ਕਰਦਾ ਉਸਨੂੰ ਔਰ ਟਾਰਚਰ ਕਰਨ ਤੋਂ ਬਾਅਦ ਜਿਮੀ ਵਾਅਦਾ ਕਰਦਾ ਕਿ ਉਹ ਨੂਰੀ ਦੇ ਠਿਕਾਣੇ ਦਾ ਪਤਾ ਦੱਸੇਗਾ। ਇਕਰਾਮੁੱਲਾ ਨਿਆਜ਼ੀ ਨੇ ਵਾਅਦਾ ਕਰਦਾ ਕਿ ਉਹਨੂੰ ਵਾਅਦਾ ਮਾਫ ਗਵਾਹ ਬਣਾਏਗਾ। ਜਿਮੀ ਜਾਂਦਾ ਔਰ ਜਾ ਕੇ ਉਹਦੀ ਭੈਣ ਅਤੇ ਉਹਦੀ ਮਾਂ ਨੂੰ ਝਾਸਾ ਦੇ ਕੇ ਲੈ ਆਉਂਦਾ ਔਰ ਲਿਆ ਕੇ ਜੰਗਲ ਲਈ ਉਹਦੀ ਭੈਣ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰਦਾ, ਮਾਂ ਨੂੰ ਉਹਦੇ ਜ਼ਖਮੀ ਕਰਕੇ ਉਹਨੂੰ ਮਾਰ ਦਿੰਦਾ ਔਰ ਉਹਦੀ ਭੈਣ ਦੀ ਇੱਜ਼ਤ ਲੁੱਟ ਲੈਂਦਾ। ਜਦੋਂ ਨੂਰੀ ਨੂੰ ਪਤਾ ਚੱਲਦਾ, ਨੂਰੀ ਆਉਂਦਾ ਔਰ ਢੂੰਡ ਕੇ ਜਿਮੀ ਨੂੰ ਕਤਲ ਕਰਦਾ। ਇੱਧਰ ਸਾਬੋ ਵੀ ਉਹਦੇ ਨਾਲ ਆਉਂਦੀ ਹੈ ਔਰ ਮੁਖਬਰਾਂ ਤੋਂ ਇਤਲਾਹ ਮਿਲਦੀ ਹੈ ਕਿ ਨੂਰੀ ਇੱਕ ਜਗ੍ਹਾ ਮੌਜੂਦ ਹੈ, ਇਕਰਾਮੁੱਲਾ ਖਾਨ ਨਿਆਜ਼ੀ ਉਹਦੇ ਰੇਡ ਕਰਦਾ ਔਰ ਮੁਕਾਬਲੇ ਦੇ ਦੌਰਾਨ ਉਹਦੇ ਸਾਰੇ ਸਾਥੀ ਮਾਰੇ ਜਾਂਦੇ ਨੇ, ਡਿਪਟੀ ਕਰਾਮੁੱਲਾ ਖਾਨ ਨਿਆਜ਼ੀ ਰਹਿ ਜਾਂਦੇ। ਬੜਾ ਸਖ਼ਤ ਮੁਕਾਬਲਾ ਹੁੰਦਾ ਔਰ ਸੁਲਤਾਨ ਰਹੀ ਨੇ, ਬੜਾ ਸਖ਼ਤ ਮੁਕਾਬਲਾ ਹੁੰਦਾ ਇਸ ਸੀਨ ਦੇ ਅੰਦਰ। ਸੁਲਤਾਨ ਰਹੀ ਨੇ, ਮੁਸਤਫਾ ਕੁਰੈਸ਼ੀ ਨੇ, ਗੋਰੀ ਨੇ ਬੜੇ ਹੀ ਅੱਛੇ ਐਕਸਪ੍ਰੈਸ਼ਨ ਦਿੱਤੇ ਨੇ ਔਰ ਬੜੀ ਹੀ ਜ਼ਬਰਦਸਤ ਫਿਲਮ ਹੈ। ਐਂਡ ਇਹ ਹੁੰਦਾ ਕਿ ਇਕਰਾਮੁੱਲਾ ਨਿਆਜ਼ੀ ਵੀ ਸ਼ਹੀਦ ਹੋ ਜਾਂਦਾ, ਨੂਰੀ ਮਾਰਿਆ ਜਾਂਦਾ ਔਰ ਸਾਬੋ ਵੀ ਮਾਰੇ ਜਾਂਦੀ। ਨਾਜ਼ਰੀਨ, ਬੜੀ ਹੀ ਜ਼ਬਰਦਸਤ ਫਿਲਮ ਹੈ। ਅਗਰ ਤੁਸੀਂ ਇਹ ਪੂਰੀ ਫਿਲਮ ਵੇਖਣੀ ਹੈ, ਇਹ ਫਿਲਮ ਯੂਟਿਊਬ 'ਤੇ ਮੌਜੂਦ ਨਹੀਂ ਹੈ, ਤੁਸੀਂ ਡੇਲੀ ਮੋਸ਼ਨ 'ਤੇ ਜਾ ਕੇ ਇਹ ਪੂਰੀ ਫਿਲਮ ਵੇਖ ਸਕਦੇ ਹੋ।
अगर तुहानू मेरी मालूमात मेरी कावश अच्छी लगी होवे तो मेरे चैनल नू लाइक करो, सबसक्राइब करो, तो घंटी नू जरूर प्रेस कर दिया करो ताकि मेरी हर नवी आने वाली वीडियो सब तो पहले तुहानू मिल सके। तुहाडा बहुत शुक्रिया।